ਇੱਕ ਬਾਈਕ ਤੇ ਟਿੱਪਰ ਦੇ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ ਜਿਸ ਦੇ ਵਿੱਚ ਬਾਈਕ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਰੇਤੇ ਦੇ ਨਾਲ ਭਰਿਆ ਹੋਇਆ ਇੱਕ ਟਿੱਪਰ ਸਾਈਡ ਦੇ ਉੱਤੇ ਖੜਾ ਸੀ, ਪਰ ਅਚਾਨਕ ਹੀ ਕਿਹਾ ਜਾ ਰਿਹਾ ਕਿ ਜਦੋਂ ਬਾਈਕ ਸਵਾਰ ਆ ਰਿਹਾ ਸੀ ਤਾਂ ਉਸ ਨੂੰ ਨੀਂਦ ਆ ਜਾਂਦੀ ਹੈ। ਨੀਂਦ ਆਉਣ ਦੇ ਕਾਰਨ ਮੋਟਰਸਾਈਕਲ ਦੀ ਸਪੀਡ ਕਾਫੀ ਜ਼ਿਆਦਾ ਤੇਜ਼ ਹੁੰਦੀ ਹੈ, ਉਸਦੇ ਕੰਟਰੋਲ ਤੋਂ ਬਾਹਰ ਹੋ ਜਾਂਦਾ ਅਤੇ ਸਿੱਧਾ ਹੀ ਬਾਈਕ ਸਵਾਰ ਸਿੱਧਾ ਹੀ ਜਾ ਕੇ ਟਿੱਪਰ ਦੇ ਪਿਛਲੇ ਪਾਸੇ ਟੱਕਰ ਮਾਰ ਦਿੰਦਾ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਬਾਈਕ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਫਿਲਹਾਲ ਮੌਕੇ ਤੇ ਹੁਣ ਪੁਲਿਸ ਵੀ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਕਿ ਜੋ ਬਾਈਕ ਹੈ ਉਸਦੇ ਪਰਖੱਚੇ ਉੱਡ ਗਏ ਨੇ ਤੇ ਟਿੱਪਰ ਜੋ ਹੈ ਉਹ ਸਾਈਡ ਦੇ ਉੱਤੇ ਖੜਾ ਸੀ। ਮੌਕੇ ਦੇ ਉੱਤੇ ਪਹੁੰਚੇ ਲੋਕਾਂ ਨੇ ਜਦੋਂ ਬਾਈਕ ਸਵਾਰ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਤਾਂ ਉੱਥੇ ਜਾ ਕੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਹੈ। ਤਾਂ ਦੱਸ ਦਈਏ ਕਿ ਗੁਰਦਾਸਪੁਰ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਕਿ ਖੜ੍ਹੇ ਟਿੱਪਰ ਦੇ ਵਿੱਚ ਪਿੱਛੋਂ ਤੀ ਇੱਕ ਬਾਈਕ ਸਵਾਰ ਨੇ ਟੱਕਰ ਮਾਰੀ, ਜਿਸ ਦੇ ਵਿੱਚ ਬਾਈਕ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਹਾਲਾਂਕਿ ਰੇਤ ਦੇ ਨਾਲ ਇਹ ਭਰਿਆ ਹੋਇਆ ਟਿੱਪਰ ਦੱਸਿਆ ਜਾ ਰਿਹਾ। ਅੱਜ ਜੀਵਨਵਾਲ ਬੱਬਰੀ ਦਾ ਪੁੱਲ ਵਾ, ਪੁੱਲ ਦੇ ਉੱਤੇ ਟਰੱਕ ਖਲੋਤਾ ਜਿਹੜਾ ਤੁਹਾਡੇ ਸਾਹਮਣੇ ਆ, ਅਤੇ ਇੱਧਰੋਂ ਅੰਮ੍ਰਿਤਸਰ ਵੱਲੋਂ ਇੱਕ ਮੋਟਰਸਾਈਕਲ 'ਤੇ ਭਾਈ ਸਾਹਿਬ ਆਏ ਨੇ ਅਤੇ ਉਹ ਮੋਟਰਸਾਈਕਲ ਉਹਨਾਂ ਬੜੀ ਉਹਨਾਂ ਕੋਲ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਹੋਇਆ, ਸਿੱਧਾ ਉਹਨਾਂ ਦੇ ਵਿੱਚ ਮਾਰਤਾ ਜੇ ਅਤੇ ਉਹਨਾਂ ਦੀ ਡੈਥ ਹੋ ਗਈ ਜੇ। ਬਾਬੇ ਬਕਾਲੇ ਦਾ ਭਾਈ ਸਾਹਿਬ ਨੇ ਉਹ ਨਹੀਂ, ਇਹ ਪੁਲਿਸ ਵਾਲੇ ਆਏ ਨੇ, ਪੁਲਿਸ ਵਾਲੇ ਆਏ ਨੇ, ਉਦੋਂ ਦੇ ਪੁਲਿਸ ਵਾਲੇ ਖਲੋਤੇ ਆ ਇੱਥੇ, ਸਿਵਲ ਬੋਡੀ ਲੈ ਗਏ ਆ, ਬੋਡੀ ਲੈ ਗਏ ਸਿਵਲ ਪੁਲਿਸ ਹੋਸਪਿਟਲ ਲੈ ਗਏ ਆ, 3 ਵਜੇ ਦੀ ਗੱਲ ਆ। ਐਕਸੀਡੈਂਟ ਤੋਂ ਪਹਿਲੇ ਖਲੋਤਾ ਹੋਏਗਾ ਤਾਂ ਹੀ 3 ਵਜੇ ਐਕਸੀਡੈਂਟ ਹੋਇਆ ਜੀ ਅੰਦਾਜ਼ਨ। ਇਹ ਮੇਰਾ ਨਾਂ ਕਸ਼ਮੀਰ ਸਿੰਘ, ਮੈਂ ਸਦਰ ਥਾਣੇ ਪੁਲਿਸ ਸਟੇਸ਼ਨ ਤੋਂ ਬੋਲ ਰਿਹਾ। ਇਹ ਆਪਣਾ ਸੁਰੱਖਿਆ ਵਾਲੇ ਆਪਣੀਆਂ ਗੱਡੀ ਵਾਲੇ ਨੇ ਸਾਨੂੰ ਫੋਨ ਕੀਤਾ ਸਦਰ ਥਾਣੇ, ਉਹਨਾਂ ਨੇ ਕਿਹਾ ਵੀ ਇਹ ਬੱਬਰੀ ਪੁੱਲ ਦੇ ਉੱਤੇ ਐਕਸੀਡੈਂਟ ਹੋ ਗਿਆ, ਜਦਕਿ ਮੈਂ ਅਤੇ ਐਸ ਆਈ ਤਿਲਕ ਰਾਜ ਜੀ ਅਸੀਂ ਮੌਕੇ 'ਤੇ ਆਏ ਹਾਂ। ਆਣ ਕੇ ਅਸੀਂ ਦੇਖਿਆ ਵੀ ਗੱਡੀ ਇੱਕ ਟਿੱਪਰ ਖੜ੍ਹੀ ਹੈ ਰੇਤ ਵਾਲੀ, ਉਹਦੇ ਪਿਛਲੀ ਸਾਈਡ ਦੇ ਬੈਕ ਸਾਈਡ 'ਤੇ ਉਹ ਇੱਕ ਮੋਟਰਸਾਈਕਲ ਜਿਹੜਾ ਉਹ ਵਿੱਚ ਵੱਜ ਚੁੱਕਾ ਸੀ, ਅਤੇ ਆਉਂਦਿਆਂ ਨੂੰ ਅਸੀਂ ਦੇਖਿਆ ਕਿ ਸਾਡੇ ਆਉਂਦੇ ਨੂੰ ਉਹ ਡੈੱਡ ਹੋ ਗਏ ਸੀ, ਖਤਮ ਹੋ ਗਏ ਸੀ ਹੀ ਐਕਸੀਡੈਂਟ ਵਾਲੇ, ਅਤੇ ਉਹਨਾਂ ਦਾ ਮੋਟਰਸਾਈਕਲ ਵਿੱਚ ਵੱਜ ਚੁੱਕਾ ਹੈ। ਅਸੀਂ ਆਣ ਕੇ ਕਾਰਵਾਈ ਕੀਤੀ ਆ, ਅਸੀਂ ਇੱਕ ਗੱਡੀ ਰੱਖ ਕੇ ਉਹਨਾਂ ਨੂੰ ਡੈੱਡ ਬਾਡੀ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਪਹੁੰਚਾਇਆ। ਇੱਕ ਬਾਈਕ ਤੇ ਟਿੱਪਰ ਦੇ ਵਿਚਕਾਰ ਜ਼ਬਰਦਸਤ ਟੱਕਰ ਹੋਈ ਹੈ ਜਿਸ ਦੇ ਵਿੱਚ ਬਾਈਕ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਰੇਤੇ ਦੇ ਨਾਲ ਭਰਿਆ ਹੋਇਆ ਇੱਕ ਟਿੱਪਰ ਸਾਈਡ ਦੇ ਉੱਤੇ ਖੜਾ ਸੀ, ਪਰ ਅਚਾਨਕ ਹੀ ਕਿਹਾ ਜਾ ਰਿਹਾ ਕਿ ਜਦੋਂ ਬਾਈਕ ਸਵਾਰ ਆ ਰਿਹਾ ਸੀ ਤਾਂ ਉਸ ਨੂੰ ਨੀਂਦ ਆ ਜਾਂਦੀ ਹੈ। ਨੀਂਦ ਆਉਣ ਦੇ ਕਾਰਨ ਮੋਟਰਸਾਈਕਲ ਦੀ ਸਪੀਡ ਕਾਫੀ ਜ਼ਿਆਦਾ ਤੇਜ਼ ਹੁੰਦੀ ਹੈ, ਉਸਦੇ ਕੰਟਰੋਲ ਤੋਂ ਬਾਹਰ ਹੋ ਜਾਂਦਾ ਅਤੇ ਸਿੱਧਾ ਹੀ ਬਾਈਕ ਸਵਾਰ ਸਿੱਧਾ ਹੀ ਜਾ ਕੇ ਟਿੱਪਰ ਦੇ ਪਿਛਲੇ ਪਾਸੇ ਟੱਕਰ ਮਾਰ ਦਿੰਦਾ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਬਾਈਕ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਫਿਲਹਾਲ ਮੌਕੇ 'ਤੇ ਹੁਣ ਪੁਲਿਸ ਵੀ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਕਿ ਜੋ ਬਾਈਕ ਹੈ ਉਸਦੇ ਪਰਖੱਚੇ ਉੱਡ ਗਏ ਨੇ ਅਤੇ ਟਿੱਪਰ ਜੋ ਹੈ ਉਹ ਸਾਈਡ ਦੇ ਉੱਤੇ ਖੜਾ ਸੀ। ਮੌਕੇ ਦੇ ਉੱਤੇ ਪਹੁੰਚੇ ਲੋਕਾਂ ਨੇ ਜਦੋਂ ਬਾਈਕ ਸਵਾਰ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਤਾਂ ਉੱਥੇ ਜਾ ਕੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਹੈ। ਤਾਂ ਦੱਸ ਦਈਏ ਕਿ ਗੁਰਦਾਸਪੁਰ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਕਿ ਖੜ੍ਹੇ ਟਿੱਪਰ ਦੇ ਵਿੱਚ ਪਿੱਛੋਂ ਤੀ ਇੱਕ ਬਾਈਕ ਸਵਾਰ ਨੇ ਟੱਕਰ ਮਾਰੀ, ਜਿਸ ਦੇ ਵਿੱਚ ਬਾਈਕ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਹਾਲਾਂਕਿ ਰੇਤ ਦੇ ਨਾਲ ਇਹ ਭਰਿਆ ਹੋਇਆ ਟਿੱਪਰ ਦੱਸਿਆ ਜਾ ਰਿਹਾ। ਅੱਜ ਜੀਵਨਵਾਲ ਬੱਬਰੀ ਦਾ ਪੁੱਲ ਵਾ, ਪੁੱਲ ਦੇ ਉੱਤੇ ਟਰੱਕ ਖਲੋਤਾ ਜੋ ਤੁਹਾਡੇ ਸਾਹਮਣੇ ਆ, ਅਤੇ ਇੱਧਰੋਂ ਅੰਮ੍ਰਿਤਸਰ ਵੱਲੋਂ ਇੱਕ ਮੋਟਰਸਾਈਕਲ 'ਤੇ ਭਾਈ ਸਾਹਿਬ ਆਏ ਨੇ ਅਤੇ ਉਹ ਮੋਟਰਸਾਈਕਲ ਉਹਨਾਂ ਬੜੀ ਉਹਨਾਂ ਕੋਲ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਹੋਇਆ, ਸਿੱਧਾ ਉਹਨਾਂ ਦੇ ਵਿੱਚ ਮਾਰਤਾ ਜੇ ਅਤੇ ਉਹਨਾਂ ਦੀ ਡੈੱਥ ਹੋ ਗਈ ਜੇ। ਬਾਬੇ ਬਕਾਲੇ ਦਾ ਭਾਈ ਸਾਹਿਬ ਨੇ ਉਹ ਨਹੀਂ, ਇਹ ਪੁਲਿਸ ਵਾਲੇ ਆਏ ਨੇ,
ਪੁਲਿਸ ਵਾਲੇ ਆਏ ਨੇ, ਉਦੋਂ ਦੇ ਪੁਲਿਸ ਵਾਲੇ ਖਲੋਤੇ ਆ ਇੱਥੇ, ਸਿਵਲ ਬੋਡੀ ਲੈ ਗਏ ਆ, ਬੋਡੀ ਲੈ ਗਏ ਸਿਵਲ ਹੋਸਪਿਟਲ ਲੈ ਗਏ ਆ। 3 ਵਜੇ ਦੀ ਗੱਲ ਆ, ਐਕਸੀਡੈਂਟ ਤੋਂ ਪਹਿਲੇ ਖਲੋਤਾ ਹੋਏਗਾ, ਤਾਂ ਹੀ 3 ਵਜੇ ਐਕਸੀਡੈਂਟ ਹੋਇਆ ਜੀ ਅੰਦਾਜ਼ਨ। ਇਹ ਮੇਰਾ ਨਾਂ ਕਸ਼ਮੀਰ ਸਿੰਘ, ਮੈਂ ਸਦਰ ਥਾਣੇ ਪੁਲਿਸ ਸਟੇਸ਼ਨ ਤੋਂ ਬੋਲ ਰਿਹਾ। ਅਤੇ ਇਹ ਆਪਣਾ ਸੁਰੱਖਿਆ ਵਾਲੇ ਆਪਣੀਆਂ ਗੱਡੀ ਵਾਲੇ ਨੇ ਸਾਨੂੰ ਫੋਨ ਕੀਤਾ ਸਦਰ ਥਾਣੇ, ਉਹਨਾਂ ਨੇ ਕਿਹਾ ਵੀ ਇਹ ਬੱਬਰੀ ਪੁਲ ਦੇ ਉੱਤੇ ਐਕਸੀਡੈਂਟ ਹੋ ਗਿਆ। ਜਦਕਿ ਮੈਂ ਤਾਂ ਐਸ ਆਈ ਤਿਲਕ ਰਾਜ ਜੀ ਅਸੀਂ ਮੌਕੇ 'ਤੇ ਆਏ ਹਾਂ, ਆਣ ਕੇ ਅਸੀਂ ਦੇਖਿਆ ਵੀ ਗੱਡੀ ਇੱਕ ਟਿੱਪਰ ਖੜ੍ਹੀ ਹੈ ਰੇਤ ਵਾਲੀ, ਉਹਦੇ ਪਿਛਲੀ ਸਾਈਡ ਦੇ ਬੈਕ ਸਾਈਡ 'ਤੇ ਉਹ ਇੱਕ ਮੋਟਰਸਾਈਕਲ ਜਿਹੜਾ ਉਹ ਵਿੱਚ ਵੱਜ ਚੁੱਕਾ ਸੀ। ਅਤੇ ਆਉਂਦਿਆਂ ਨੂੰ ਅਸੀਂ ਦੇਖਿਆ ਕਿ ਸਾਡੇ ਆਉਂਦੇ ਨੂੰ ਉਹ ਡੈੱਡ ਹੋ ਗਏ ਸੀ, ਖਤਮ ਹੋ ਗਏ ਸੀ ਹੀ ਐਕਸੀਡੈਂਟ ਵਾਲੇ, ਅਤੇ ਉਹਨਾਂ ਦਾ ਮੋਟਰਸਾਈਕਲ ਵਿੱਚ ਵੱਜ ਚੁੱਕਾ ਹੈ। ਅਸੀਂ ਆਣ ਕੇ ਕਾਰਵਾਈ ਕੀਤੀ ਆ, ਅਸੀਂ ਇੱਕ ਗੱਡੀ ਰੱਖ ਕੇ ਉਹਨਾਂ ਨੂੰ ਡੈੱਡ ਬਾਡੀ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਪਹੁੰਚਾਇਆ।